ਕਿਸਾਨ ਵੀਰ ਅਕਸਰ ਇਹ ਪੁੱਛ ਰਹੇ ਐ ਝੋਨਾ ਵਿਕੇਗਾ ਜਾਂ ਕਮੈਂਟ ਕਰਕੇ ਪੁੱਛ ਰਹੇ ਐ ਕਿ ਕੀ ਇਸ ਵਾਰ ਝੋਨਾ ਵਿਕੇਗਾ ਤਾਂ ਇਹ ਦੁਚਿੱਤੀ ਦੇ ਵਿੱਚ ਕਿਸਾਨ ਫਸਿਆ ਹੋਇਆ ਐ ਕਿ ਇਸ ਸਾਲ ਝੋਨਾ ਵਿਕੂ ਜਾਂ ਨਹੀਂ ਕਈ ਵੀਰ ਕਮੈਂਟ ਵੀ ਕਰਦੇ ਐ ਤੇ ਜਿਹੜੇ ਆ ਗੁੰਮਰਾਹਕੁਨ ਪ੍ਰਚਾਰ ਕਰਨ ਵਾਲੇ ਐ ਨਾ ਜਿਵੇਂ ਆ ਇੱਥੇ ਜਵਾਬ ਦਿੱਤਾ ਉਹਨੂੰ ਜਵਾਬ ਦਿੰਦੇ ਝੋਨਾ ਨਹੀਂ ਵਿਕਣਾ ਇਹ 1200 ਨੂੰ ਪ੍ਰਾਈਵੇਟ ਵਾਲੇ ਖਰੀਦਣਗੇ ਐਵੇਂ ਨਾ ਝੋਨਾ ਲਾ ਲਈ ਜਾਂ ਐਵੇਂ ਨਾ ਜ਼ਮੀਨ ਠੇਕੇ ਤੇ ਲੈ ਲਈਏ ਜੇ ਇਹਨਾਂ ਨੂੰ ਇਹ ਕੁਐਸਚਨ ਕਰੀਏ ਨਾ ਕਿ ਝੋਨੇ ਦੀ ਜਗਾ ਕੀ ਲਾ ਲਈਏ ਤਾਂ ਇਹਨਾਂ ਕੋਲੇ ਜਵਾਬ ਕੋਈ ਨਹੀਂ ਹੈਗਾ ਇਹ ਕੇਵਲ ਤੇ ਕੇਵਲ ਗਮਰਾਹ ਕਰਨ ਪ੍ਰਚਾਰ ਕਰਨ ਵਾਲੇ ਐ ਅਸਲ ਦੇ ਵਿੱਚ ਕੀ ਹੈ ਕਿ ਸਾਰੀ ਕਹਾਣੀ ਚੰਗਦੀ ਹੈ ਡਰ ਦੇ ਨਾਲ ਜਿਵੇਂ ਹੁਣ ਪਿਛਲੇ ਪਿਛਲੀ ਕਣਕ ਆਪਾਂ ਵੇਚੀ ਹੈ ਉਹਦੇ ਵਿੱਚ بڑے ਲੋਕਾਂ ਨੇ ਰੌਲਾ ਪਾਇਆ ਕਿ ਕਣਕ ਨਹੀਂ ਵਿਕਣੀ ਕਣਕ ਵੇਚ ਗਈ ਫੇਰ ਇਹਨਾਂ ਨੇ ਕਿਹਾ ਕਿ ਝੋਨਾ ਨਹੀਂ ਵਿਕਣਾ ਯਾਰ ਝੋਨੇ ਦੇ ਵਿੱਚ ਤਾਂ ਇਹਨਾਂ ਦੇ ਜੱਟ ਦੇ ਵੈਰੀਆਂ ਨੇ ਇਹਨਾਂ ਕੋਲ ਪ੍ਰਚਾਰ ਕਰਤਾ ਸੀਗਾ ਤਾਂ ਮੇਰੇ ਕੋਲੇ ਉਦਾਹਰਨਾਂ ਨੇ ਕਿ ਕੁਝ ਕਿਸਾਨਾਂ ਨੇ ਝੋਨੇ ਦੀ ਸਰਕਾਰੀ ਖਰੀਦ ਤੋਂ ਪਹਿਲਾਂ ਝੋਨਾ ਵੜ ਲਿਆ ਤੇ ਜਦੋਂ ਕਿਸੇ ਤੋਂ رائے ਮੰਗੀ ਨਾ ਕਿ ਝੋਨਾ ਵੇਚ ਲਈ ਸੋਸ਼ਲ ਮੀਡੀਆ ਤੇ ਮੰਗਦੇ ਯਾਦਤਰ ਤਾਂ ਆਗਲੇ ਨੇ ਕਹਿਣ ਪਿੱਛੋਂ ਲਾ ਲਾ ਇਹ ਨਹੀਂ ਵਿਕਣਾ ਤੇ ਆਉਣੇ ਪਾਉਣੇ ਦਾਮਾਂ ਦੇ ਉੱਤੇ ਕਿਸਾਨਾਂ ਨੇ ਝੋਨਾ ਵੇਚਿਆ ਮੇਰੇ ਕੋਲੇ ਉਹਦੀਆਂ ਉਦਾਹਰਨਾਂ ਨੇ ਤੇ ਇਹਨਾਂ ਨੇ ਇਹ ਹੀ ਕੰਮ ਹੁਣ ਫੇਰ ਚਾਲੂ ਕਰਤਾ ਹੈ ਅਸਲ ਦੇ ਵਿੱਚ ਕੀ ਹੈ ਕਿ ਕੁਝ ਲੋਕ ਕਿਸਾਨ ਨੂੰ ਲੁੱਟਣ ਦੇ ਲਈ ਕਿਸਾਨ ਨੂੰ ਬੇਵਕੂਫ ਬਣਾਉਣ ਦੇ ਲਈ ਇਸ ਤਰੀਕੇ ਦਾ ਪ੍ਰਚਾਰ ਕਰਦੇ ਆ ਤਾਂ ਕਿ ਉਹ ਘੱਟ ਕੀਮਤ ਤੇ ਅੱਗੇ ਫਸਲ ਉਹਨਾਂ ਨੂੰ ਵੇਚੇ ਤੇ ਬਾਕੀ ਜਿਹੜਾ ਹੈਗਾ ਕਈ ਤਰੀਕੇ ਦੇ ਕਿਸਾਨ ਨੂੰ ਬੇਵਕੂਫ ਬਣਾ ਕੇ ਡਰਾ ਕੇ ਤੇ ਔਰੇ ਤੋਂ ਜਿਹੜਾ ਹੈਗਾ ਲਾਭ ਲੈਣ ਦੇ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਇਹਦੇ ਵਿੱਚ ਫਲਾਨਾ ਚੰਗਾ ਠੰਕਾ ਚੰਗਾ ਜਾਂ ਕਈ ਵੀਰ ਹੁਣ ਇਹਨੂੰ ਇਹ ਸਰਕਾਰਾਂ ਦੇ ਨਾਲ ਜੋੜ ਕੇ ਦੇਖਣਗੇ ਮੈਂ ਕਿਸੇ ਸਰਕਾਰ ਦਾ ਸਮਰਥਨ ਨਹੀਂ ਕਰ ਰਿਹਾ ਮੇਰਾ ਤਾਂ ਸਿਰ ਤੇ ਸਿਰ ਜਵਾਬ ਹੈ ਕਿ ਵੀਰੇ ਹਜੇ ਤੱਕ ਕੋਈ ਇਸ ਕਿਸਮ ਦੀ ਕੋਈ ਚੇਂਜ ਨਹੀਂ ਹੋਈ ਕੋਈ ਨੋਟੀਫਿਕੇਸ਼ਨ ਨਹੀਂ ਹੋਇਆ ਕਿ ਝੋਨਾ ਨਹੀਂ ਵਿਕੇਗਾ ਝੋਨਾ ਵਿਕੇਗਾ ਜਿਵੇਂ ਪਿਛਲੇ ਸਾਲਾਂ ਦੇ ਵਿੱਚ ਝੋਨਾ ਵਿਕਦਾ ਸੀ ਉਸੇ ਤਰੀਕੇ ਨਾਲ ਐਕਟਰੀ ਵੀ ਵਿਕੇਗਾ ਇੱਕ ਬਦਲਾ ਜ਼ਰੂਰ ਆਇਆ ਹੁਣ ਉਹ ਬਦਲਾ ਕੀ ਹੈ ਉਹਨਾਂ ਲੋਕਾਂ ਦਾ ਝੋਨਾ ਨਹੀਂ ਵਿਕਣਾ ਜਿਵੇਂ ਪਿਛਲੇ ਸਾਲ 20% ਝੋਨਾ ਬਾਹਰ ਲਿਆਂ ਸਟੇਟਾਂ ਤੋਂ ਆ ਕੇ ਪੰਜਾਬ ਦੇ ਵਿੱਚ ਵਿਕਿਆ ਤਾਂ ਉਥੋਂ ਲਿਆ ਕੇ ਵੇਚਣ ਵਾਲਿਆਂ ਦਾ ਨਹੀਂ ਵਿਕਣਾ ਕੇਵਲ ਝੋਨਾ ਉਹਨਾਂ ਦਾ ਵਿਕੇਗਾ ਜਿਨ੍ਹਾਂ ਨੇ ਪੰਜਾਬ ਦੀ ਜ਼ਮੀਨ ਦੇ ਉੱਤੇ ਖੇਤੀ ਕੀਤੀ ਹੈ ਹੁਣ ਠੇਕੇ ਵਾਲੇ ਬਾਰ-ਬਾਰ ਪੁੱਛਦੇ ਕੀ ਹੋਏਗਾ ਦੇਖੋ ਹਰਿਆਣਾ ਮਾਡਲ ਦੀ ਮੈਂ ਗੱਲ ਕਰਦਾ ਤੁਹਾਨੂੰ ਹਰਿਆਣਾ ਦੇ ਵਾਲਾ ਸਿਸਟਮ ਹੀ ਪੰਜਾਬ ਦੇ ਵਿੱਚ ਲਾਗੂ ਹੋਣ ਲੱਗਾ ਹੈ ਕਿ ਸਭ ਤੋਂ ਪਹਿਲਾਂ ਪੋਰਟਲ ਦੇ ਉੱਤੇ ਜ਼ਮੀਨ ਦਾ ਖਸਰਾ ਨੰਬਰ ਪਾਇਆ ਜਾਊਗਾ। ਜ਼ਮੀਨ ਦੇ ਮਾਲਕ ਦਾ ਨਾਮ ਆਜੂਗਾ। ਜ਼ਮੀਨ ਦੇ ਮਾਲਕ ਦੇ ਮੋਬਾਈਲ ਦੇ ਉੱਤੇ ਇੱਕ OTP ਜਾਏਗਾ। ਉਹ OTP ਨੰਬਰ ਉੱਥੇ ਭਰਨ ਤੋਂ ਬਾਅਦ ਦੇ ਵਿੱਚ ਜਿਹੜਾ ਵਿਅਕਤੀ ਜ਼ਮੀਨ ਠੇਕੇ ਤੇ ਲੈ ਕੇ ਵਾਈ ਕਰਦਾ ਉਹ ਆਪਦੀ ਡਿਟੇਲ ਭਰੇਗਾ ਤੇ ਆਪਦਾ ਅਕਾਊਂਟ ਨੰਬਰ ਭਰੇਗਾ ਤੇ ਪੇਮੈਂਟ ਠੇਕੇ ਵਾਲੇ ਦੇ ਖਾਤੇ ਦੇ ਵਿੱਚ ਆਜੂਗੀ। ਤਾਂ ਕਹਿਣ ਦਾ ਮਤਲਬ ਇਹ ਕਿ ਵੀਰੇ ਹਜੇ ਤੱਕ ਕੋਈ ਇਹੋ ਜਿਹਾ ਬਦਲਾ ਨਹੀਂ ਆਇਆ। ਜਿਵੇਂ ਪਿਛਲੇ ਸਾਲਾਂ 'ਚ ਚੋਨਾ ਵਿਕਦਾ ਏ ਓਵੇਂ ਇਸ ਸਾਲ ਵੀ ਵਿਕੇਗਾ ਹੁਣ ਰਹੀ ਗੱਲ ਬਾਰਦਾਨੇ ਦੀ ਦੇਖੋ ਬਾਰਦਾਨਾ ਹੋ ਦੇ ਘਾਟ ਆਉਣਾ ਇਹ ਪਿਛਲੇ ਸਾਲਾਂ ਦੇ ਵਿੱਚ ਵੀ ਇਸ ਤਰ੍ਹਾਂ ਹੁੰਦਾ ਰਿਹਾ ਹੈ ਪਰੰਤੂ ਕਈ-ਕਈ ਸਾਲਾਂ ਬਾਅਦ ਇੱਕ ਦੋ ਵਾਰੀ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਬਾਰਦਾਨੇ ਦੀ ਘਾਟ ਆ ਜੀ ਕਈ ਕਾਰਨੋਂ ਦੇ ਹੋ ਸਕਦੇ ਐ ਤੇ ਇਸ ਸਾਲ ਕਣਕ ਦੇ ਵਿੱਚ ਵੀ ਉਹੀ ਹੋਇਆ ਮੈਂ ਵੀ 7 ਦਿਨ 7 ਰਾਤਾਂ ਮੰਡੀ ਦੇ ਵਿੱਚ ਰਹਿ ਕੇ ਕਣਕ ਵੇਚ ਕੇ ਆਇਆ ਹਾਂ आज जो दी पेमेंट ਵੀ ਆ ਗਈ ਭਾਵੇਂ ਕਿ ਲੇਟ ਆਈ ਹੈ ਤੇ ਪ੍ਰੰਤੂ ਕਣਕ ਵੇਚ ਕੇ ਆਇਆ ਤਾਂ ਇਹ ਇੱਕ ਕਿਸੇ ਸਮੇਂ ਆਈ ਹੋਈ ਪ੍ਰੋਬਲਮ ਹੈ ਆਪਣੇ ਜਿਹੜਾ ਹੈਗਾ ਪਿਤਾ ਨੂੰ ਪੁੱਛੋ ਉਹ ਦੱਸਣਗੇ ਕਿ ਫਲਾਣੇ ਫਲਾਣੇ ਸਾਲ ਵੀ ਦਿੱਕਤ ਆਈ ਸੀ ਇੱਕ ਵਾਰੀ ਸੀ ਝੋਨਾ 12 ਦਿਨਾਂ ਦੇ ਵਿੱਚ ਵੇਚਿਆ ਸੀ ਤਾਂ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਦੂਸਰੀ ਗੱਲ ਹੁਣ ਕਈ ਵੀਰ ਇਹ ਕਹਿ ਰਹੇ ਆ ਜਿਵੇਂ ਅੱਜ ਇੱਕ ਗੁਰੂ ਆਸਾਏ ਤੋਂ ਫੋਨ ਆਇਆ ਕਿ ਸਾਡੇ ਇੱਥੇ ਕਹਿ ਰਹੇ ਕਿ 26 ਤੇ 22 ਨਹੀਂ ਵਿਕਣਾ ਕਿਤੇ ਕਹਿ ਰਹੇ ਕਿ ਫਲਾਨੀ ਵੈਰੈਟੀ ਨਹੀਂ ਵਿਕਣੀ ਤਾਂ ਇਹਦੇ ਲਈ ਦੇਖੋ ਪਹਿਲੀ ਗੱਲ ਕਿ ਪੀ ਆਰ ਵੈਰੈਟੀਆਂ ਜਿਹੜੀਆਂ ਹੈਗੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਪੰਜਾਬ ਸਰਕਾਰ ਦੁਆਰਾ ਸਿਫਾਰਿਸ਼ ਸੁਦਾ ਕਿਸਮਾਂ ਹੈ ਚਾਹੇ ਉਹ 26 ਹੈ ਚਾਹੇ ਉਹ 22 ਹੈ ਚਾਹੇ ਉਹ 28 ਹੈ ਜਾਂ ਹੋਰ ਵੈਰੈਟੀਆਂ ਹੈ ਇਹ ਵੈਰੈਟੀਆਂ ਪੰਜਾਬ ਦੇ ਵਿੱਚ ਵਿਕਣਗੀਆਂ ਇਨਾਂ ਦੇ ਨਾਂ ਵਿਕਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਨੰਬਰ 1। ਨੰਬਰ 2 ਤੇ ਰਹੀ ਗੱਲ ਪੂਸਾ 44 ਦੀ। ਦੇਖੋ ਪੂਸਾ 44 ਜਿਹੜਾ ਝੋਨਾ ਹੈ ਪਿਛਲੇ ਸਾਲ ਇਹਦੇ ਬੀਜ ਉਤਪਾਦਨ ਤੇ ਬੀਜ ਪੈਦਾ ਕਰਨ ਤੇ ਬੈਣ ਲਗਾ ਦਿੱਤਾ ਸੀਗਾ। ਕਿਉਂਕਿ ਸਰਕਾਰ ਇਹ ਸੋਚਦੀ ਹੈ ਕਿ ਕਿਸਾਨ ਇਹਦੇ ਵੱਧ ਝਾੜ ਦੇ ਲਾਲਚ ਦੇ ਵਿੱਚ ਇਹਦੀ ਖੇਤੀ ਕਰਦਾ ਹੈ। ਬੀਜ ਉਤਪਾਦਨ ਬੰਦ ਕਰ ਦਿਓ ਹੌਲੀ-ਹੌਲੀ ਕਿਸਾਨ ਪੂਸਾ 44 ਝੋਨਾ ਲਾਉਣਾ ਬੰਦ ਕਰ ਦੇਗਾ। ਕਾਰਨ ਹੈ ਦੇਖੋ ਇੱਕ ਤਾਂ ਇਹ ਟਾਈਮ ਵੱਧ ਲੈਂਦਾ ਸਾਡਾ ਬੇਸ਼ਕੀਮਤੀ ਜਿਹੜਾ ਪਾਣੀ ਇਹ ਤੇ ਬਰਬਾਦ ਹੁੰਦਾ ਹੈ ਦੂਸਰਾ ਇਹਦੀ ਪਰਾਲੀ ਬਹੁਤ ਹੁੰਦੀ ਹੈ ਤੀਸਰਾ ਕਣਕ ਬੀਜਣ ਲੱਗਿਆਂ ਲੇਟ ਹੁੰਨੇ ਆ ਜਿੱਥੇ ਪੂਸਾ 44 ਝੋਨਾ ਲੱਗਿਆ ਹੁੰਦਾ ਤੇ ਅੱਜ ਨਮੀ ਜ਼ਿਆਦਾ ਰਹਿੰਦੀ ਹੈ ਤੇ ਆਖਰ ਤੇ ਜਿਹੜਾ ਹੈਗਾ ਕਣਕ ਜਲਦੀ ਬੀਜਣ ਦੇ ਲਈ ਕਿਸਾਨ ਪਰਾਲੀ ਨੂੰ ਅੱਗ ਲਾ ਕੇ ਖੇਤ ਵਿਲਾ ਕਰਦਾ ਤੇ ਝਾੜ ਮੈਂ ਮੰਨਦਾ ਇਹਦਾ ਜ਼ਿਆਦਾ ਹੁੰਦਾ ਹੈ ਪਰੰਤੂ ਜੇਕਰ ਤੁਸੀਂ ਇਹ ਕਾਪੀ ਪੈਨ ਲੈ ਕੇ ਬੈਠੋਗੇ ਤਾਂ ਜਿਹੜੇ ਇਹਤੇ ਵੱਧ ਸਪਰੇਅ ਹੁੰਦੇ ਐ ਵੱਧ ਪਾਣੀ ਇਹਤੇ ਜਿਹੜਾ ਹੈਗਾ ਡੀਜ਼ਲ ਚਲਾ ਬਾਲ ਕੇ ਜਨਰੇਟਰ ਚਲਾ ਕੇ ਜਿਹੜਾ ਪਾਣੀ ਇਹਤੇ ਵੱਧ ਖਰਚਾ ਕੀਤਾ ਤੇ ਉਹ ਸਾਰਾ ਹਿਸਾਬ ਕਿਤਾਬ ਲਾਉਂਗੇ ਤਾਂ ਤੁਹਾਨੂੰ ਪ੍ਰਤੀ ਕਿੱਲਾ ਜਿਹੜਾ ਹੈਗਾ ਮੁਨਾਫੇ ਦੇ ਵਿੱਚ ਦੇਖੋਗੇ ਤਾਂ ਪੱਲੇ ਦੂਸਰੇ ਝੋਨੇ ਜਿੰਨਾ ਹੀ ਪੈਂਦਾ ਹੈ ਇਹਦੇ ਕਰਕੇ ਸਿਫਾਰਸ਼ ਕੀਤੀ ਜਾਂਦੀ ਹੈ ਕਿ ਇਹ ਝੋਨਾ ਖੇਤਾਂ 'ਚ ਨਾ ਲਾਇਆ ਜਾਵੇ ਕਈ ਵੀਰੇ ਕਹਿ ਰਹੇ ਐ ਕਿ ਸ਼ੈਲਰਾਂ ਦੇ ਵਿੱਚ ਚੌਲ ਬਹੁਤ ਪਿਆ ਤੇ ਛੈਲਰ ਵਾਲੇ ਝੋਨਾ ਕਿੱਥੋਂ ਚੱਕਣਗੇ ਦੋਸਤੋ ਛੈਲਰ ਦੇ ਵਿੱਚ ਜਿਹੜਾ ਚੋਲ ਪਿਆ ਉਹ ਕਿਉਂ ਨਹੀਂ ਚੱਕਿਆ ਗਿਆ ਉਹਦੇ ਪਿੱਛੇ ਇੱਕ ਦੋ ਟੈਕਨੀਕਲ ਫਾਲਟ ਹੈ ਜਿਹੜੇ ਤੇ ਆਪਾਂ ਇੱਕ ਅਲੱਗ ਵੀਡੀਓ 'ਚ ਗੱਲ ਕਰ ਸਕਦੇ ਹਾਂ ਪਰੰਤੂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਕੇਂਦਰ ਸਰਕਾਰ ਨੇ ਜਿਵੇਂ ਪਿਛਲੀ ਵਾਰੀ ਕਰੋਨਾ ਕਾਲ ਦੇ ਵਿੱਚ ਗਰੀਬ ਪਰਿਵਾਰਾਂ ਨੂੰ 5-5 ਕਿਲੋ ਪ੍ਰਤੀ ਵਿਅਕਤੀ ਅਨਾਜ ਦਿੱਤਾ ਸੀਗਾ ਉਸੇ ਤਰੀਕੇ ਨਾਲ ਪਿਛਲੇ ਹਫ਼ਤੇ ਹੀ ਐਲਾਨ ਹੋਇਆ ਹੈ ਕਿ ਅਗਲੇ 2 ਮਹੀਨੇ ਮਈ ਅਤੇ ਜੂਨ ਲਗਭਗ 80 ਕਰੋੜ ਭਾਰਤਵਾਸੀਆਂ ਨੂੰ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ 5 ਕਿਲੋ ਅਨਾਜ ਦਿੱਤਾ ਜਾਏਗਾ ਤੇ ਜਿਵੇਂ ਪਿਛਲੇ ਸਾਲ ਦਿਨਾਂ ਦੇ ਵਿੱਚ ਸਾਡੇ ਕਣਕ ਦੇ ਗੋਦਾਮ ਖਾਲੀ ਹੋਏ ਸੀ ਤਾਂ ਇਹ ਝੋਨਾ ਜਾ ਕੇ ਇਹ ਵੀ ਖਾਲੀ ਹੋ ਜਾਣੇ ਹਨ ਕਿਉਂਕਿ ਜਿਸ ਟਾਈਮ ਤੇ ਅਸੀਂ ਚੱਲ ਰਹੇ ਹਾਂ ਇਸ ਸਮੇਂ ਦੇਸ਼ ਨੂੰ ਅਨਾਜ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਸ ਤਰੀਕੇ ਦੇ ਨਾਲ ਪਿਛਲੇ ਸਾਲਾਂ ਦੇ ਵਿੱਚ ਝੋਨਾ ਵਿਕਦਾ ਸੀਗਾ ਉਸੇ ਤਰੀਕੇ ਦੇ ਨਾਲ ਇਸ ਸਾਲ ਵੀ ਵਿਕੇਗਾ ਤੇ ਜਿਹੜੇ ਵੀ ਠੇਕੇ ਵਾਲੇ ਪੁੱਛ ਰਹੇ ਸੀ ਕਿ ਸਾਡਾ ਕੀ ਬਣੇਗਾ ਉਹਨਾਂ ਦੇ ਖਾਤੇ ਦੇ ਵਿੱਚ ਵੀ ਹਰਿਆਣਾ ਮਾਡਲ ਦੇ ਅਨੁਸਾਰ ਉਹਦੀ ਫਸਲ ਦੇ ਪੈਸੇ ਠੇਕੇ ਵਾਲੇ ਦੇ ਠੇਕੇ ਵਾਲੇ ਦੇ ਖਾਤੇ ਦੇ ਵਿੱਚ ਆਉਣਗੇ ਤਾਂ ਮੈਂ ਇਹ ਜਿਹੜੀ ਹੈਗੀ ਇਹ ਗੱਲ ਕਰ ਰਿਹਾ ਜਿਹੜੀ ਆਪਾਂ ਝੋਨਾ ਜੂਨ ਮਹੀਨੇ ਦੇ ਵਿੱਚ ਸਾਲ 2021 ਦੇ ਵਿੱਚ ਲਗਾ ਰਹੇ ਹਾਂ ਉਸ ਸਬੰਧ ਦੇ ਵਿੱਚ ਇਸ ਸਮੇਂ ਪੂਰੀ ਦੁਨੀਆ ਦੇ ਹਾਲਾਤ ਵੀ ਇਸ ਤਰ੍ਹਾਂ ਦੇ ਐ ਕਿ ਅਨਾਜ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੇਕਰ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਦੇਖੋਗੇ ਤਾਂ ਸਰੋਂ ਦੇਖੋ ਕਿੰਨੀਆਂ ਉਚਾਈਆਂ ਤੇ ਉੱਪਰ ਪਹੁੰਚ ਗਈ ਹੈ ਤੇ ਅਨਾਜ ਜਿਹੜਾ ਹੈਗਾ ਅਨਾਜ ਦੇ ਰੇਟ ਪੂਰੀ ਦੁਨੀਆ 'ਚ ਵਧ ਰਹੇ ਆ ਕਿਉਂਕਿ ਅਨਾਜ ਦੀ ਲਗਭਗ ਪੂਰੀ ਦੁਨੀਆ ਦੇ ਵਿੱਚ ਘਾਟ ਹੈ ਮਹਾਮਾਰੀ ਨੇ ਲੱਕ ਤੋੜ ਕੇ ਰੱਖ ਦਿੱਤਾ ਤਾਂ ਇਸ ਸਾਲ ਦੇ ਲਈ ਜੋ ਤੁਹਾਡਾ ਕੁਐਸਚਨ ਹੈ ਉਹਦਾ ਉੱਤਰ ਇਹ ਹੈਗਾ ਬਾਈ ਚੋਨਾ ਵਿਕੇਗਾ ਜਿਵੇਂ ਪਿਛਲੇ ਸਾਲਾਂ ਚ ਵੇਖਦਾ ਓਵੇਂ ਹੀ ਵਿਕੇਗਾ ਧੰਨਵਾਦ ਦੋਸਤੋ ਮਿਹਰਬਾਨੀ